ਅੰਮ੍ਰਿਤਸਰ ਵਿੱਚ ਅੱਜ ਸ਼ਾਮ ਆਮ ਆਦਮੀ ਪਾਰਟੀ MLA ਜਸਬੀਰ ਸਿੰਘ ਸੰਧੂ ਦੀ ਅਗਵਾਈ ਹੇਠ ਆਪ ਪਾਰਟੀ ਦੇ ਵਰਕਰ ਸ਼ਮਸ਼ੇਰ ਸਿੰਘ ਸੰਧੂ, ਦਲਬੀਰ ਸਿੰਘ ਬੱਬੀ, ਅਵਤਾਰ ਸਿੰਘ ਹੈਪੀ, ਪ੍ਰਦੀਪ ਸਿੰਘ, ਗੁਰਮੁਖ ਸਿੰਘ, ਇਸ ਦੇ ਨਾਲ ਉਹਨਾਂ ਦੀ ਸਮੁੱਚੀ ਟੀਮ ਦੇ ਨਾਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਅੰਮ੍ਰਿਤਸਰ ਸ਼ਹਿਰ ਕਾਰਪੋਰੇਸ਼ਨ ਦਫ਼ਤਰ ਰਿੰਟੂ ਮੇਅਰ ਨੂੰ ਮੰਗ ਪੱਤਰ ਦਿੱਤਾ ਅਤੇ ਆਸ਼ਵਾਸਨ ਦਵਾਇਆ ਇਲਾਕੇ ਦੇ ਜੋ ਸਮੱਸਿਆ ਹੈ ਉਹ 15 ਦਿਨਾਂ ਤੱਕ ਹੱਲ ਕੀਤੀ ਜਾਏਗੀ। ਖਬਰ ਅੱਜ ਤੱਕ ਤੋਂ ਲੱਕੀ ਮਹਿਰਾ ਦੇ ਨਾਲ ਕੁਲਦੀਪ ਕੁਮਾਰ ਦੀ ਰਿਪੋਰਟ। ਜਸਬੀਰ ਸਿੰਘ ਸੰਧੂ ਦੇ ਦਫ਼ਤਰ ਤੋਂ ਜਿਹੜੇ ਅਸੀਂ ਸਾਰੇ ਹੀ ਅੱਜ ਸਾਡੇ ਵਲੰਟੀਅਰ ਆਮ ਆਦਮੀ ਪਾਰਟੀ ਦੇ ਅਤੇ ਸਮੂਹ ਵਰਕਰਾਂ ਵੱਲੋਂ ਇੱਕ ਮੰਗ ਪੱਤਰ, ਇੱਕ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਦੱਸਣ ਲਈ ਮੇਅਰ ਸਾਹਿਬ ਦੇ ਦਫ਼ਤਰ ਆਏ ਸੀ। ਮੇਅਰ ਸਾਹਿਬ ਕੁਝ ਰੁਝੇਵਿਆਂ ਕਾਰਨ ਅੱਜ ਇਸ ਵੇਲੇ ਦਫ਼ਤਰ ਨਹੀਂ ਮਿਲੇ, ਪਰੰਤੂ ਸਾਡੀਆਂ ਸਮੱਸਿਆਵਾਂ ਨੂੰ ਸੁਣ ਲਈ ਸਤਿੰਦਰ ਕੁਮਾਰ ਜੀ, ਸੁਪਰੀਟੈਂਡੈਂਟ ਇੰਜੀਨੀਅਰ ਜਿਹੜੇ, ਉਹ ਸਾਡੇ ਨਾਲ ਅੱਜ ਉਹਨਾਂ ਨੂੰ ਮਿਲੇ। ਉਹਨਾਂ ਨੇ ਬੜੇ ਹੀ ਵਿਸਤਾਰ ਨਾਲ ਸਾਡੇ ਇਲਾਕੇ ਵਿੱਚ ਜਿਹੜੀਆਂ ਸਮੱਸਿਆ, ਗੰਦੇ ਪਾਣੀ ਦੀ ਸਮੱਸਿਆ ਸ਼ਹਿਰ ਤੋਂ ਆ ਰਹੀ ਹੈ, ਉਹਦੇ 'ਤੇ ਇੱਕ ਡਿਸਕਸ਼ਨ ਕੀਤੀ। ਪਰੰਤੂ ਨਾਲ ਨਾਲ ਅਸੀਂ ਜਿਹੜੇ ਹੋਰ ਇਲਾਕਿਆਂ ਦੇ ਵਿੱਚ 77 ਨੰਬਰ ਵਾਰਡ ਹੋ ਗਈ, 74-75 ਜਿਹੜੀਆਂ ਵੀ ਇਲਾਕੇ ਦੀਆਂ ਸਾਡੀਆਂ ਸਮੂਹ ਅਹੁਦੇਦਾਰ ਅੱਜ ਜਿਹੜੇ ਬੈਠੇ ਨੇ, ਆਪਣੇ ਇਲਾਕੇ ਦੀਆਂ ਸਮੱਸਿਆ ਨੂੰ ਲੈ ਕੇ ਆਏ ਹਾਂ। ਕੁਝ ਸਮੱਸਿਆਵਾਂ ਐਸੀਆਂ ਹਨ ਜਿਹੜੀਆਂ ਬਹੁਤ ਹੀ ਛੋਟੀਆਂ ਅਤੇ ਨਿਗੂਣੀਆਂ ਹਨ, ਪਰੰਤੂ ਅਧਿਕਾਰੀਆਂ ਵੱਲੋਂ ਉਹਨਾਂ ਦੇ ਉੱਤੇ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਕਰਕੇ ਅਸੀਂ ਆਪਣੀ ਜਿਹੜੀ ਹੈ ਮੰਗ ਲੈ ਕੇ ਦਫ਼ਤਰਾਂ ਦੇ ਵਿੱਚ ਆਏ ਹਾਂ ਵੀ ਅੱਗੇ ਤੋਂ ਜਿਹੜੇ ਵਰਕਰ ਦੀ ਸੁਣਵਾਈ ਕੀਤੀ ਜਾਵੇ, ਵਰਕਰ ਦਾ ਉਤਸ਼ਾਹ ਵਧੇਗਾ ਉਸ ਨਾਲ। ਜੇਕਰ ਜਿਹੜੇ ਕੰਮ ਨਹੀਂ ਹੋ ਰਹੇ ਉਹਦੇ ਵਿੱਚ ਵੇਖਿਆ ਜਾਵੇ ਤਾਂ ਵਰਕਰ ਜਿਹੜਾ ਹਤਾਸ਼ ਹੋ ਰਿਹਾ ਅਤੇ ਸਾਡੀ ਪਾਰਟੀ ਦੀ ਕਿਰਕਿਰੀ ਵੀ ਹੋ ਰਹੀ ਹੈ। ਪਰੰਤੂ ਅਸੀਂ ਉੱਚ ਅਧਿਕਾਰੀਆਂ ਅਤੇ ਜਿਹੜੇ ਕੁਰਸੀਆਂ 'ਤੇ ਬੈਠੇ ਹੋਏ ਜਿਹੜੇ ਅੰਦਰ ਬੈਠ ਕੇ ਲੋਕ ਕੰਮ ਕਰ ਰਹੇ ਹਨ, ਉੱਚ ਅਧਿਕਾਰੀ, ਉਹਨਾਂ ਨੂੰ ਤਾੜਨਾ ਕਰਨਾ ਆ ਵੀ ਆਪਣਾ ਕੰਮ ਤਰੀਕੇ ਨਾਲ ਕਰੋ ਤਾਂ ਜੋ ਕਹਿੰਦੇ ਆ ਲੋਕਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸਰਕਾਰ ਧਰਨਾ, ਸਾਡੇ ਧਰਨਾ ਜਿਹੜਾ ਦਿੱਤਾ ਹੈ, ਪਹਿਲੀ ਤਾਂ ਗੱਲ ਹੈ ਵੀ ਧਰਨਾ ਨੂੰ ਕਿਹਨਾਂ ਦੀ ਜਿਹੜਾ ਦਿੱਤਾ ਹੈ ਉਹ ਪੋਲੀਟੀਕਲ ਪਾਰਟੀਆਂ ਨੇ ਦਿੱਤਾ ਹੈ। ਉਹਦੇ ਵਿੱਚ ਮੌਜੂਦਾ ਡਿਪਟੀ ਮੇਅਰ ਜਿਹੜੇ ਰਮਨ ਬਖਸ਼ੀ ਜੀ ਅਤੇ ਮੌਜੂਦਾ ਕਾਉਂਸਲਰ ਸਤੀਸ਼ ਬੱਲੂ, ਰਮੀ ਵਰਗੇ ਅਤੇ ਅਰਵਿੰਦ ਭਾਜਪਾ ਦੇ, ਫਿਰ ਕਹਿੰਦੇ ਆ ਸ਼ੈਲਾ ਵੀਰ ਔਰ ਕਈ ਜਿਹੜੇ ਆਗੂ ਸੀ ਉਹ ਪਾਰਟੀਆਂ ਦੇ ਨੁਮਾਇੰਦੇ ਸੀ। ਅਤੇ ਜਿਹੜੀਆਂ ਸਮੱਸਿਆਵਾਂ ਦਾ ਹੱਲ ਹੈ, ਸਾਡਾ ਲਾਗੇ ਹੀ ਦਫ਼ਤਰ ਖੰਡਵਾਲੇ ਦੇ ਲਾਗੇ ਹੈ MLA ਜਸਬੀਰ ਸਿੰਘ ਦਾ, ਉਹਨਾਂ ਦਾ ਦਫ਼ਤਰ ਦੇ ਵਿੱਚ ਲੋਕਾਂ ਦੀਆਂ ਸਮੱਸਿਆ ਅਸੀਂ ਰੋਜ਼ ਹੀ ਸੁਣਦੇ ਹਾਂ ਅਤੇ ਸਮੱਸਿਆ ਦਾ ਹੱਲ ਵੀ ਕਰਦੇ ਹਨ। ਜਿੱਥੇ ਸਮੱਸਿਆ ਦਾ ਹੱਲ, ਇਹ ਵੱਡੀ ਸਮੱਸਿਆ ਦਾ ਹੱਲ ਹੈ, ਅੱਜ ਅਸੀਂ ਸਾਰਾ ਉਹਨਾਂ ਦੇ ਨਾਲੋਂ ਜ਼ਿਆਦਾ ਲੋਕ ਅੱਜ ਸਾਡੇ ਨਾਲ ਇੱਥੇ ਦਫ਼ਤਰ ਮੇਅਰ ਦੇ ਦਫ਼ਤਰ ਵਿੱਚ ਆਏ ਹਨ ਅਤੇ ਇਹ ਸਮੱਸਿਆ ਜਿਹੜੀ ਪਹਿਲ ਦੇ ਆਧਾਰ 'ਤੇ ਕਰਨ ਲਈ ਕਹਿੰਦੇ ਆ ਅਫਸਰਾਂ ਨੂੰ ਕਹਿੰਦੇ ਆ ਤਾਕੀਦ ਕੀਤੀ ਗਈ ਆ। ਇਹ ਮੁੱਦਾ ਪੋਲੀਟੀਕਲ ਹੈਗਾ ਜੀ ਕਿ ਆਮ ਲੋਕਾਂ ਦਾ ਮੁੱਦਾ ਹੈਗਾ, ਕੱਲ੍ਹ ਕਾਂਗਰਸ ਨੇ BJP ਨੇ ਧਰਨਾ ਚਲਾਇਆ ਤੁਹਾਡੇ ਖਿਲਾਫ, ਲਾ ਕੇ ਆਮ ਆਦਮੀ ਪਾਰਟੀ ਖਿਲਾਫ, ਅੱਜ ਆਮ ਆਦਮੀ ਪਾਰਟੀ ਦੇ ਵਰਕਰ ਖੁਦ ਆ ਗਏ, ਮੇਅਰ ਸਾਹਿਬ ਨੇ ਮਿਲਣ ਇੱਥੇ ਆਏ ਨੇ। ਵੇਖੋ ਜੀ, ਮੁੱਦਾ ਜੀ ਪੋਲੀਟੀਕਲ ਬਣਦਾ ਜਾ ਰਿਹਾ ਕਿ ਆਮ ਲੋਕਾਂ ਦਾ ਉੱਤੇ ਪੱਛਮੀ ਹਲਕੇ ਦਾ ਗਾਇਆ। ਵੇਖੋ ਜੀ, ਆਮ ਲੋਕਾਂ ਦੇ ਮੁੱਦਿਆਂ ਨੂੰ ਚੁੱਕਣ ਲਈ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਹੈ ਉਹ ਪੁਰਜ਼ੋਰ ਆਪਣਾ ਕੋਸ਼ਿਸ਼ਾਂ ਹਮੇਸ਼ਾ ਜਾਰੀ ਰੱਖ ਰਹੇ ਨੇ। ਜਿਹੜੀਆਂ ਲੋਕਾਂ ਦੇ ਵਿੱਚ ਜਿਨ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ, ਕੁਝ ਘਰਾਂ ਦੀਆਂ ਜਿਨ੍ਹਾਂ ਦੀਆਂ ਮੁਸ਼ਕਲਾਂ ਵੀ ਆ ਰਹੀਆਂ ਹਨ, ਉਸ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਾਉਣ ਲਈ ਇਹ ਸਾਰੇ ਲੋਕ ਇਕੱਠੇ ਹੋਇਆ। ਇਹਨਾਂ ਦੀਆਂ ਆਪਣੀਆਂ ਵੀ ਮੁਸ਼ਕਲਾਂ ਉਹਦੇ ਵਿੱਚ ਹੈ, ਆਪਣੇ ਘਰ ਵੀ ਉਹਨਾਂ ਦੇ ਵਿੱਚ ਉਹਨਾਂ ਇਲਾਕਿਆਂ ਦੇ ਵਿੱਚ ਆਉਂਦੇ ਹਨ। ਇਹ ਨਹੀਂ ਹੈ ਵੀ ਇਹ ਘਰਾਂ ਦੇ ਵਿੱਚ ਚੁੱਪ ਕਰਕੇ ਬੈਠੇ ਹਨ, ਪਰ ਕੁਝ ਲੋਕ ਤਾਂ ਸਿਆਸਤ ਕਰ ਰਹੇ ਹਨ। ਜਿਹੜੇ ਸਿਆਸਤ ਕਰ ਰਹੇ ਨੇ ਉਹ ਆਪਣੀਆਂ ਗਵਾਚੀ ਹੋਈ ਸਾਗ ਨੂੰ ਸਾਂਭਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰੰਤੂ ਇਹਨਾਂ ਲੋਕਾਂ ਨੂੰ ਤਾਂ ਕੋਈ ਦਰਦ ਨਹੀਂ ਹੋਣਾ ਚਾਹੀਦਾ ਜੇਕਰ ਇਹ ਕਿਨਾਂ ਦੇ ਪੋਲੀਟੀਕਲ ਪਾਰਟੀ ਉਸੇ ਨਾਲ ਜੁੜੇ ਆ। ਪਰੰਤੂ ਇਹਨਾਂ ਦੇ ਵਿੱਚ ਦਰਦ ਹੈ, ਦਰਦ ਲੈ ਕੇ ਅੱਜ ਫਿਰ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਇਸ ਦਫ਼ਤਰ ਦੇ ਵਿੱਚ ਆਏ ਨੇ। ਆਪਾਂ ਕਿਉਂ ਨਹੀਂ ਅਜੇ ਤੱਕ ਇੱਥੋਂ ਤੱਕ ਪਹੁੰਚੇ, ਕਿਉਂਕਿ ਤਕਰੀਬਨ 6 ਮਹੀਨੇ ਹੋ ਗਏ ਇਸ ਮੁੱਦੇ ਨੂੰ ਚੱਲਦੇ ਆਏ ਨੂੰ ਕਿ ਪਾਣੀ ਦੀ ਸਮੱਸਿਆ ਲੈ ਕੇ ਨੂੰ, ਜਦੋਂ ਪੋਲੀਟੀਕਲ ਲੈਵਲ ਦਾ ਕਾਫੀ ਮਾਮਲਾ ਭੱਗ ਗਿਆ ਫਿਰ ਹੀ ਆਪਾਂ ਇੱਧਰ ਆਏ ਹਾਂ। ਤੁਸੀਂ ਇੱਕ ਬਹੁਤ ਹੀ ਵਧੀਆ ਸਵਾਲ ਕੀਤਾ, ਤੁਹਾਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਜਿਹੜਾ ਗੰਦੇ ਪਾਣੀ ਦੀ ਨਿਕਾਸੀ ਦਾ ਮਸਲਾ ਸਾਹਮਣੇ ਆ ਰਿਹਾ, ਇਹ ਇੱਕ ਡਰੇਨ ਜਿਹੜੀ ਹੈ ਕਿ ਗੁਮਾਨਪੁਰੇ ਦੇ ਲਾਗੇ ਉਹਦੇ ਵਿੱਚ ਪਾਣੀ ਪੈਂਦਾ ਸੀ, ਜਿਸ ਨੂੰ ਹੁਣ ਕਨਾਲ ਬਣਾ ਦਿੱਤਾ ਗਿਆ, ਨਹਿਰ ਬਣਾ ਦਿੱਤਾ ਗਿਆ, ਜਿਹਦੇ ਵਿੱਚ ਸਵੱਛ ਪਾਣੀ ਜਾਣਾ, ਉਸ ਕਨਾਲ ਦੇ ਵਿੱਚ ਗੰਦਾ ਪਾਣੀ ਸੁੱਟਿਆ ਨਹੀਂ ਜਾ ਰਿਹਾ। ਅਤੇ ਇਸ ਲਈ ਜਿਹੜੀ ਹੈ ਖਾਪੜ ਖੇੜੀ ਦੇ ਵਿੱਚ ਜਿਹੜੀ ਕਿਨਾਂ ਦੇ ਗੰਦੇ ਪਾਣੀ ਸੁੱਟਣ ਦੀ ਤਰਕੀਬ ਹੈ ਉਹ ਜਾਰੀ ਕੀਤੀ ਜਾ ਰਹੀ ਹੈ, ਉਸ ਨੂੰ ਸਫਾਈ ਕੀਤੀਆਂ ਜਾ ਰਹੀਆਂ ਨੇ, ਜਿਸ ਦਾ ਪ੍ਰੋਸੈਸ 10-15 ਦਿਨ ਦੇ ਵਿੱਚ ਹੋ ਜਾਏਗਾ ਅਤੇ ਸਮੂਹ ਇਲਾਕੇ ਨੂੰ ਅਤੇ ਸਮੂਹ ਵਾਰਡਾਂ ਨੂੰ ਵਿੱਚ ਅੱਛਾ ਸ਼ੁੱਧ ਪਾਣੀ ਪੀਣ ਨੂੰ ਮਿਲੇਗਾ। ਠੀਕ ਹੈ, ਓਕੇ।
ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਮੈਂ ਕਹਿਣਾ ਚਾਹੁੰਦਾ ਵੀ ਜੋ ਵੀ ਮੁੱਦਿਆਂ 'ਤੇ ਅਸੀਂ ਅੱਜ ਇਕੱਠੇ ਹੋਏ ਹਾਂ ਸਾਰੇ ਵਰਕਰ ਆਮ ਪਾਰਟੀ ਦੇ ਅਤੇ ਜੋ ਵੀ ਸਮੱਸਿਆ ਆਉਂਦੀਆਂ ਉਹ ਮੇਰੇ ਵੀਰ ਜਸਪਾਲ ਭਾਅ ਜੀ ਵਰਮ ਭਾਅ ਜੀ ਮੁਕਵਿੰਦਰ ਸਾਰੇ ਬੈਠੇ ਹਾਂ ਜੋ ਵੀ ਸਮੱਸਿਆ ਆਉਂਦੀਆਂ ਇਹਨਾਂ ਨੇ ਜੋ ਹੱਲ ਕਰਨਾ ਹੈ ਉਹ ਤੁਹਾਨੂੰ ਸਾਰੇ ਪਾਣੀ ਦੀ ਸਮੱਸਿਆ ਵੇਖੋ ਜੀ ਉਹ ਅੱਜ ਤਿੰਨਾਂ ਮਹੀਨਿਆਂ ਦੀ ਉਹ ਪਿਛਲੇ ਸਾਲਾਂ ਤੋਂ ਜਿਹੜੀਆਂ ਆਉਣ ਰਹੀਆਂ ਨੇ ਜਿਹੜਾ ਮੁੱਦਾ ਹੈ ਉਹ ਪਾਰਟੀਆਂ ਜਿਹੜੀਆਂ ਵਿਰੋਧੀਆਂ ਉਹ ਚੁੱਕਦੀਆਂ ਹੀ ਨੇ ਉਹ ਤੁਹਾਨੂੰ ਪਤਾ ਵੀ ਜਿੱਦਣ ਵੀ ਹੈਗਾ ਵਿਰੋਧੀ ਪਾਰਟੀਆਂ ਇਹ ਕੰਮ ਕਰਦੀਆਂ ਹੀ ਨੇ ਠੀਕ ਹੈ ਜੀ।